रहमान रहीम, अस्सलाम वालेकुम। ठीक है तुसां सारे? असां भी ठीक ठाक हाँ। तो अज मैं तुसां की दसां, असां इत्थे मेन रोडै पर रहने आं। मैं फ्रंट डोर ने अग्गै दा लईआं हुईआं बिल्लां, तोरियां नहीं होनियां जिहड़ियां, ओह ते टींडे ਇਹ ਬਿੱਲਾਂ ਲਈਆਂ ਸੀਆਂ ਦਾ ਬੂਟੀ ਇਤਨੀ ਇਹਨਾਂ ਨੇ ਵੀ ਜੰਮੀ ਆਈ ਸੀ, ਉਹ ਸਾਰੇ ਮੈਂ ਅੱਜ ਪੂਰਾ ਕਿਆਰਾ ਸਾਫ਼ ਕੀਤਾ। ਅਤੇ ਹੁਣ ਇਹਨਾਂ ਦੇ ਵਿੱਚ ਮੈਂ ਇਹਦਾ ਪਾਣੀ ਹੋਰ ਬਾਇਆ। ਇਹ ਪੱਕੀ ਜਗ੍ਹਾ ਸੀ ਇਸਰੇ, ਤਾਂ ਮਿੱਟੀ ਬਾਹੀ ਨਾ, ਤਾਂ ਇਹ ਮੈਂ ਬੂਟੇ ਲਾਏ। ਤਾਂ ਉਹ ਵੀ ਬੂਟੀ ਇੱਥੇ ਨਹੀਂ ਇਤਨੀ ਹੀ ਲਾਈਕ ਸਟਰੋਂਗ ਹੀ, ਜ਼ਰਾ ਵੀ ਇੱਥਾਂ ਕੀ ਲਈ ਜਾ। ਤਾਂ 3 ਦਿਹਾੜੇ ਫਿਰ ਹੀਆਂ ਬੂਬੇ ਡੀ, ਤਾਂ ਫਿਰ ਕੀਤਾ ਜੇ ਹੁਣ ਮੈਂ ਇਹਨਾਂ 'ਚ ਕੀ ਸਾਫ਼ ਕਰੀ ਨਾ ਇਹ ਜਗ੍ਹਾ ਸਾਰੀ ਬੂਟੀ, ਮੈਂ ਇੱਥੋਂ ਪੱਟੀ ਛੜੀ ਇਹਦਾ ਮੈਂ ਕਲੀਨ ਕਰੀ। ਤਾਂ ਹੁਣ ਇਸਦੇ ਵਿੱਚ ਮੈਂ ਇੰਨਾ ਕੀ ਪਾਣੀ ਦਿੱਤਾ, ਹੁਣ ਇਹ ਗੱਲ ਹੀ 2-3 ਦਿਹਾੜੇ ਗੁਜ਼ਰ ਸੁਣ ਤਾਂ ਨਾਈਸ ਹੋਈ ਜਾ ਸੁਣ। ਅਤੇ ਮੈਂ ਇਹਦਾ ਤੋ ਲਈਆਂ ਹੋਈਆਂ ਬਿੱਲਾਂ, ਇਹ ਇੱਥੇ ਮੈਂ ਕੀ ਲਾਏ ਸੇ ਗਮਲੇ ਜੇ ਇਤਨੇ, ਇਹ ਪੂਰੀ ਕੰਧ ਭਰੀ ਵੀ ਹੋਣੀ ਸੀ। ਇੱਥੋਂ ਇਹ ਨੈਕਸਟ ਡੋਰ ਵਾਲਿਆਂ ਬੱਚਿਆਂ ਸਾਰੇ ਨਹੀਂ ਲਾਈ ਤਾਂ ਭੰਨੀ ਛੜੇ ਮੈਂ ਤੱਕੀ ਕਿ ਨਾ। ਅਸਾਂ ਇੱਥੇ ਬਿਲਕੁਲ ਮੇਨ ਰੋਡਾਂ ਪਰ ਰਹਿੰਦੇ ਹਾਂ, ਗੱਡੀਆਂ ਨਾਲ ਆਵਾਜ਼ ਇਸ ਮਾਰ ਉਤਸਾਹੀ ਜ਼ਿਆਦਾ ਏ ਸੀ ਖਲੋ ਮੈਂ ਤੁਸੀਂ ਦੱਸਣੀ ਆ। ਮੈਂ ਮਸਾਂ ਸਾਰਾ ਘਰ ਆ, ਤਾਂ ਇਹਦਾ ਮੇਨ ਰੋਡ ਹੀ ਇੱਥੇ ਨਾਲ ਇਹ ਸਾਰਾ ਟੋਨ ਵੀ ਆ, ਟੋਰਨਾਮੈਂਟ ਲੱਗਣੇ ਤਾਂ ਟੋਨਾ ਵਿੱਚ, ਅਤੇ ਮੇਨ ਰੋਡ ਦੀ ਮੇਨ ਰੋਡਾਂ ਨੇ ਪੂਰਾ ਸਾਰਾ ਘਰ ਆ ਨਾਲ। ਹੁਣ ਸ਼ਾਮ ਦਾ ਟਾਈਮ ਆ, ਪਹਿਲੂ ਬਾਰਿਸ਼ ਦਿਹਾੜੀ ਲਈ ਵੀ ਬਹੁਤ ਜ਼ਿਆਦਾ, ਤਾਂ ਫਿਰ ਹੁਣ ਮੈਂ ਇਸ ਕੀ ਕਲੀਨ ਕਰੀ ਨਾ, ਤਾਂ ਫਿਰ ਥੋੜ੍ਹਾ ਪਾਣੀ ਇੰਨਾ 'ਚ ਬਚ ਰਿਹਾ ਇਹਦਾ। ਅਤੇ ਇੱਥੇ ਮੈਂ ਇਤਨੇ ਗਮਲੇ ਲਾਏ ਸੀ ਕੰਧਾਂ ਉੱਪਰ, ਤਾਂ ਬੱਚਿਆਂ ਸਾਰੇ ਉਹ ਕੀ ਜੀ ਘਰ ਕੋਲ ਨਹੀਂ ਸੀ, ਮੈਂ ਇੱਧਰ ਇੰਨਾ ਭੰਨੀ ਛੜੇ ਲਾਈ ਤਾਂ। ਹੁਣ ਮੈਂ ਤੁਸੀਂ ਕੀ ਦੱਸਾਂ, ਜਿਹੜਾ ਆ ਇੱਥੋਂ ਜਿਹੜੇ ਆਲੂ ਨਿਕਲੇ ਨਾ, ਇਹ ਬੂਟੇ ਥਾ ਆਲੂਆਂ ਨੇ ਵੀ ਲਾਈਫ ਸੀ, ਤਾਂ ਉਹ ਮੈਂ ਫਿਰ ਕੱਲ ਚੱਖਰ ਬੋਇਆ ਸਾ ਆਲੂਆਂ ਨੇ ਬੂਟੇ ਸਾਰੇ ਭੱਜੀ ਗਏ। ਇਸਨੇ ਵਿੱਚ ਮੈਂ ਫੁੱਲ ਲਾਈਫ ਸੇ, ਤਾਂ ਇਸਨੇ ਵਿੱਚ ਮਿੱਟੀ ਬਾਈ ਨਾ, ਤਾਂ ਪਤਾ ਕਿਆ ਬਕਰ ਸਿੰਘ ਹੀ ਆ ਜਾਂ ਕਹੇ ਆ, ਇਹ ਮੈਂ ਬੁਲਾਈ ਕੀਤੀ ਸੀ ਤਾਂ ਇਸਨੇ ਵਿੱਚ ਮੈਂ ਮਿੱਟੀ ਬਾਈ ਤਾਂ ਫੁੱਲ ਛੁੱਲ ਲਾਏ ਸੇ। ਹੁਣ ਮੈਂ ਤੁਸੀਂ ਦੱਸਾਂ, ਜਿਹੜੇ ਇੱਥੋਂ ਵਿੱਚੋਂ ਆਲੂ ਨਿਕਲੇ ਨਾ ਇਸ ਮਿੱਟੀ 'ਚ, ਜਿਹੜੇ ਮੈਂ ਬੂਟੇ ਆਪਣੇ ਲਾਈ ਕੱਢੇ, ਤਾਂ ਆਲੂ ਮੈਂ ਤੁਸੀਂ ਦੱਸਣੀ ਆ। ਇੱਦਾਂ ਆਲੂਆਂ ਨੇ ਇੱਕ ਪਲੇਟ ਇੱਦਾਂ ਨਿਕਲੀ, ਹਾਲੇ ਉਹ ਹੀ ਬੂਸ ਮੈਂ ਕੋਈ ਨਹੀਂ ਕੱਢੇ, ਮੈਂ ਛੋੜ ਇੱਥੇ ਮੁੜੀ ਦੋਰੀ ਵਾਰੀ ਜੰਮੀ ਸੁਣ, ਤਾਂ ਇਹ ਮੈਂ ਥੋੜ੍ਹੇ ਜਿਹੇ ਕੱਢੀ ਕਹਿੰਦੇ ਆਈ ਥਿੰਕ ਰੈਡੀ ਸੇ। ਇੱਦਾਂ ਮੈਂ ਹੁਣ ਇਹਨਾਂ 'ਚੋਂ ਕੱਢੀ ਕਹਿੰਦੇ ਇਹਦਾ, ਇਸਨੇ ਵਿੱਚ ਪੇਪ ਸੀ ਨਾ ਇਹਦਾ, ਇਹਨਾਂ 'ਚੋਂ ਮੈਂ ਹੁਣ ਕੱਢੀ ਨਾ, ਤਾਂ ਇੱਥੇ ਵਿੱਚ ਲਾਸਾਂ ਮਿੱਟੀ 'ਚ ਇੰਨਾ ਤਰਿਆਂ ਕੀ ਇਹਦਾ ਤੱਕੋ ਮੈਂ ਕੱਢੀ ਕਹਿੰਦੇ ਇਹ ਵਿੱਚੋਂ ਡੱਬੀਆਂ ਇਹ ਮੂਵ ਕਰੀ ਛੱਡਸਾਂ, ਇੰਨਾ ਹੀ ਸੱਟੀ ਛੱਡਸਾਂ ਬਿੰਨੇ 'ਚ, ਤਾਂ ਇਹਦਾ ਕੱਢੀ ਕਹਿੰਦੇ ਇੰਨਾ ਤਰਿਆਂ ਕੀ ਹੁਣ ਮੈਂ ਇੱਥੇ ਵਿੱਚ ਲਾਈ ਛੱਡਸਾਂ। ਤੱਕੋ ਬੂਟੇ ਮੈਂ ਹੁਣ ਲਾਈ ਛੜੇ, ਕਿਆ ਇੰਨਾ ਉਹ ਜਿਹੜੇ ਇੰਨਾ ਡੱਬੀਆਂ ਨਿੱਕੀਆਂ 'ਚ ਪੇਪ ਸੀ ਨਾ, ਨਿੱਕੀਆਂ ਨਿੱਕੀਆਂ ਬਾਕਸੀ 'ਚ, ਤਾਂ ਜੜ੍ਹਾਂ ਇੰਨਾ ਛੋੜੀਆਂ ਹੋ ਸੀਆਂ, ਹਾਲੀ ਇੰਨਾ ਕਿ ਸਪੇਸ ਨਹੀਂ ਲੱਭਣੀ ਸੀ ਜੇ ਅੱਗੇ ਜਾਣ ਕੁਦਰ। ਹੁਣ ਇੱਥੇ ਮਿੱਟੀ ਵਿੱਚ ਲਾਈ ਛੜੇ ਨਾ, ਤਾਂ ਹੁਣ ਇਹ ਗੱਲ ਹੀ ਇਹ ਮੰਦਰਾ ਵੀ ਹੋਣਾ ਚੰਗਾ ਬੜਾ ਇਸ ਨਾ ਇਲਾ ਗਰੋ ਹੋਣਾ ਨਾ, ਤਾਂ ਫਿਰ ਚੰਗਾ ਬੜਾ ਬੂਟੇ ਇੰਨੇ ਬਣੀ ਜਾਣੇ ਮੰਦਰੇ, ਤਾਂ ਇੰਨਾ ਖਲਿਆਰ ਚੰਗਾ ਬਣੇ, ਤਾਂ ਮੈਂ ਫਿਰ ਇਤਨੀ ਮਿੱਟੀ ਵਿੱਚ ਲਾਏ, ਤਾਂ ਮਿੱਟੀ ਤਾਂ ਮੈਂ ਜ਼ਿਆਦਾ ਬਾਈ ਜੇ ਕਿ ਫਿਰ ਇਹ ਉੱਚੇ ਨਾਈਸ ਲੱਗਣੇ ਲੱਲੂ, ਮਿੱਟੀ ਥੋੜ੍ਹੀ ਬਣੀ ਕਰਨਾ, ਤਾਂ ਫਿਰ ਇੰਨਾ ਮੰਦਰੇ ਮੰਦਰੇ ਦੀ ਸੁਨਰ, ਅਤੇ ਇੰਨਾ
रखेआ मंदरा बीया बीया लेकिन ले रेडी होना ना बूटा उसलै ये पूरे इस गमले भी चाहिए सुन हूँ इन्ना कि मैं थोड़ा थोड़ा इस पुआरे ना पानी लाई छोड़नी बस इस रहे मैं एवरी डे इसकी पानी ला नहीं रही सुन इंशाल्लाह होई जा सुन मिकी बड़ी शौक ही ये सब्जियां ने बूटे लाने नहीं थोम धनिया भी में लानी होनी आ पाकिस्तान सारे बीम गाए